ਸੁਣਦੇ ਹੁੰਦੇ ਸੀ ਕਿ ਅੰਗਰੇਜ਼ ਗਵਰਨਮੈਂਟ ਜਿਹੜੀ ਹੈ ਉਹ ਲੋਕ ਰੋਹ ਨੂੰ ਦਬਾਉਣ ਵਾਸਤੇ ਬਹੁਤ ਸਾਰੇ ਘਟੀਆ ਕਿਸਮ ਦੇ ਹੱਥ ਕੰਡੇ ਜਿਹੜੇ ਆ ਉਹ ਅਪਣਾਉਂਦੀ ਸੀ, ਲੋਕਾਂ ਨੂੰ ਮਾਰਦੀ ਸੀ, ਕੁੱਟਦੀ ਸੀ ਔਰ ਕਈ ਪ੍ਰਕਾਰ ਦਾ ਤਸ਼ੱਦਦ ਕਰਦੀ ਸੀ। ਪਰ ਅੱਜ ਆਪਣੀ ਅੱਖੀਂ ਸਾਰਾ ਕੁਝ ਜਿਹੜਾ ਹੈ ਉਹ ਟੀਵੀ ਚੈਨਲਾਂ ਦੇ ਰਾਹੀਂ ਦੇਖ ਰਹੇ ਹਾਂ ਕਿ ਕਿਵੇਂ ਕਿਸਾਨ ਨੂੰ ਹਰਿਆਣੇ ਦੀ ਸਰਕਾਰ ਵੱਲੋਂ ਰੋਕਿਆ ਜਾ ਰਿਹਾ ਔਰ ਕਿਸਾਨਾਂ ਦੇ ਉੱਤੇ ਠੰਡ ਦੇ ਮੌਸਮ ਦੇ ਵਿੱਚ ਠੰਡਾ ਪਾਣੀ ਜਿਹੜਾ ਹੈ ਉਹ ਪਾਇਆ ਜਾ ਰਿਹਾ। ਲੰਬੇ ਚੌੜੇ ਬੈਰੀਕੇਡ ਲਾ ਕੇ ਕਿਸਾਨਾਂ ਨੂੰ ਭਰਪੂਰ ਜਿਹੜਾ ਉਹ ਰੋਕਣ ਦਾ ਯਤਨ ਕੀਤਾ ਜਾ ਰਿਹਾ। ਇਹ ਬਹੁਤ ਹੀ ਮੈਂ ਸਮਝਦਾ ਹਾਂ ਕਿ ਇੱਕ ਨਿੰਦਣਯੋਗ ਕਾਰਵਾਈ ਹੈ। ਜੇ ਦਿੱਲੀ ਦੇ ਵਿੱਚ ਇੰਨਾ ਹਜ਼ਾਰੇ ਲੋਕਪਾਲ ਬਿੱਲ ਨੂੰ ਲੈ ਕੇ ਮੋਰਚਾ ਲਾ ਸਕਦਾ, ਧਰਨਾ ਲਾ ਸਕਦਾ, ਆਪਣੀ ਆਵਾਜ਼ ਭਾਰਤੀ ਪਾਰਲੀਮੈਂਟ ਤੱਕ ਪਹੁੰਚਾਉਣ ਦਾ ਯਤਨ ਕਰ ਸਕਦਾ, ਤਾਂ ਫਿਰ ਜਿਹੜੇ ਹਿੰਦੁਸਤਾਨ ਦੇ ਕਿਸਾਨ ਹੈ ਇਹ ਦਿੱਲੀ ਦੇ ਵਿੱਚ ਬੈਠ ਕੇ ਇਕੱਠੇ ਹੋ ਕੇ ਆਪਣੀ ਆਵਾਜ਼ ਨੂੰ ਭਾਰਤੀ ਪਾਰਲੀਮੈਂਟ ਤੱਕ ਜਿਹੜਾ ਉਹ ਪਹੁੰਚਾਉਣ ਦਾ ਯਤਨ ਕਿਉਂ ਨਹੀਂ ਕਰ ਸਕਦੇ? ਭਾਰਤੀ ਕਿਸਾਨਾਂ ਦੇ ਨਾਲ ਜਿਹੜਾ ਉਹ ਜਿਹੜਾ ਵਤੀਰਾ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਕਿਉਂ ਧਾਰਨ ਕੀਤਾ ਜਾ ਰਿਹਾ? ਇਹ ਜਿਹੜੀ ਲੜਾਈ ਹੈ ਇਹ BJP ਸਰਕਾਰ ਬਨਾਮ ਭਾਰਤ ਦਾ ਕਿਸਾਨ ਹੈ, ਚਾਹੇ ਪੰਜਾਬ ਦਾ ਕਿਸਾਨ ਹੈ, ਚਾਹੇ ਹਰਿਆਣੇ ਦਾ ਕਿਸਾਨ ਹੈ, ਚਾਹੇ ਮਹਾਰਾਸ਼ਟਰ ਦਾ ਕਿਸਾਨ ਹੈ, ਚਾਹੇ ਰਾਜਸਥਾਨ ਦਾ ਕਿਸਾਨ ਹੈ ਅਤੇ ਚਾਹੇ ਉਹ ਦੱਖਣ ਭਾਰਤ ਦਾ ਕਿਸਾਨ ਹੈ। ਇਹ ਕਿਸਾਨਾਂ ਦੀ ਲੜਾਈ ਹੈ ਅਤੇ ਭਾਰਤ ਸਰਕਾਰ ਅਤੇ ਭਾਰਤ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਇਸ ਲੜਾਈ ਨੂੰ ਪੰਜਾਬ ਬਨਾਮ ਕਿਸਾਨ ਬਣਾਉਣ ਦਾ ਜਿਹੜਾ ਹੈ ਉਹ ਯਤਨ ਕਰਨਗੀਆਂ। ਇਸ ਪੱਖੋਂ ਕਿਸਾਨਾਂ ਨੂੰ ਸਾਵਧਾਨ ਹੋਣ ਦੀ ਬਹੁਤ ਵੱਡੀ ਜ਼ਰੂਰਤ ਹੈ, ਕਿਉਂਕਿ ਪਹਿਲਾਂ ਵੀ ਇਹ ਸਾਰਾ ਕੁਝ ਹੋਇਆ ਜਦੋਂ ਕਿਸਾਨਾਂ ਨੇ ਪਾਣੀ ਨੂੰ ਲੈ ਕੇ ਜਾਂ ਚੰਡੀਗੜ੍ਹ ਨੂੰ ਲੈ ਕੇ ਮੋਰਚੇ ਲਾਏ ਅਤੇ ਲੜਾਈ ਨੂੰ ਜਿਹੜਾ ਹੈ ਉਹ ਦਿੱਲੀ ਬਨਾਮ ਸਿੱਖ ਬਣਾਉਣ ਦਾ ਯਤਨ ਜਿਹੜਾ ਉਹ ਕੀਤਾ ਗਿਆ। ਅਤੇ ਇਸ ਵਾਰ ਵੀ ਜਿਹੜਾ ਇਸ ਤਰ੍ਹਾਂ ਦੇ ਘਿਨਾਉਣੇ ਜਿਹੜੇ ਆ ਸ਼ੜਯੰਤਰ ਸਰਕਾਰਾਂ ਜਿਹੜੀਆਂ ਉਹ ਰਚ ਸਕਦੀਆਂ, ਇਸ ਲੜਾਈ ਨੂੰ ਸਿੱਖ ਬਨਾਮ ਦਿੱਲੀ ਵੀ ਬਣਾਇਆ ਜਾ ਸਕਦਾ, ਪੰਜਾਬ ਬਨਾਮ ਦਿੱਲੀ ਵੀ ਬਣਾਇਆ ਜਾ ਸਕਦਾ, ਪਰ ਹਕੀਕਤ ਦੇ ਵਿੱਚ ਇਹ ਲੜਾਈ ਜਿਹੜੀ ਹੈ ਇਹ ਕਿਸਾਨ ਬਨਾਮ BJP ਸਰਕਾਰ ਹੈ ਔਰ ਕਿਸਾਨ ਚਾਹੇ ਕਿਸੇ ਵੀ ਸਟੇਟ ਦਾ ਹੈ, ਚਾਹੇ ਉਹ ਪੂਰਬੀ ਰਾਜਾਂ ਦਾ ਕਿਸਾਨ ਹੈ, ਚਾਹੇ ਉਹ ਦੱਖਣੀ ਰਾਜਾਂ ਦੇ ਕਿਸਾਨ ਹੈ ਅਤੇ ਚਾਹੇ ਉਹ ਉੱਤਰੀ ਭਾਰਤ ਦੇ ਕਿਸਾਨ ਨੇ, ਕਿਸਾਨਾਂ ਦੀ ਲੜਾਈ ਹੈ ਇਹ। ਅਤੇ ਕਿਸਾਨਾਂ ਦੀ ਲੜਾਈ ਦੇ ਵਿੱਚ ਮਜ਼ਦੂਰ ਵਰਗ ਹੋਰ ਸਾਰੇ ਵਰਗ ਜਿਹੜੇ ਨੇ ਉਹ ਵੱਧ ਚੜ੍ਹ ਕੇ ਸਹਿਯੋਗ ਦੇ ਰਹੇ ਨੇ, ਦੇਣਾ ਵੀ ਚਾਹੀਦਾ। ਅਤੇ ਹਰਿਆਣਾ ਸਰਕਾਰ ਖਾਸ ਤੌਰ 'ਤੇ ਜਿਹੜਾ ਘਟੀਆ ਢੰਗ ਦੇ ਨਾਲ ਇਹਨਾਂ ਕਿਸਾਨਾਂ ਦੇ ਕਾਫਲਿਆਂ ਨੂੰ ਰੋਕਣ ਦਾ ਯਤਨ ਕਰ ਰਹੀ ਹੈ, ਹਰਿਆਣਾ ਦੇ ਕਿਸਾਨਾਂ ਨੂੰ ਰੋਕਣ ਦਾ ਯਤਨ ਕਰ ਰਹੀ ਹੈ, ਪੰਜਾਬ ਦੇ ਕਿਸਾਨਾਂ ਨੂੰ ਰੋਕਣ ਦਾ ਯਤਨ ਕਰ ਰਹੀ ਹੈ, ਇਸੇ ਤਰ੍ਹਾਂ UP ਸਰਕਾਰ ਜਿਹੜੀ ਹੈ ਉਹ UP ਦੇ ਕਿਸਾਨਾਂ ਨੂੰ ਰੋਕਣ ਦਾ ਯਤਨ ਕਰ ਰਹੀ ਹੈ। ਇਹ ਬਹੁਤ ਮੰਦਭਾਗੀ ਗੱਲ ਹੈ। ਇਹ ਕਿਸਾਨਾਂ ਨੂੰ ਆਪਣੀ ਆਵਾਜ਼ ਨੂੰ ਸ਼ਾਂਤਮਈ ਢੰਗ ਦੇ ਨਾਲ ਬੁਲੰਦ ਕਰਨ ਦਾ ਅਧਿਕਾਰ ਹੈ ਅਤੇ ਇਹ ਜਿਹੜੇ ਮੋਰਚੇ ਨੇ ਇਹ ਸਾਰੇ ਸ਼ਾਂਤਮਈ ਢੰਗ ਦੇ ਨਾਲ ਇਹ ਚਲਾਉਣੇ ਚਾਹੀਦੇ ਨੇ ਔਰ ਸ਼ਾਂਤਮਈ ਜਿਹੜੇ ਆ ਉਹ ਰਹਿਣੇ ਚਾਹੀਦੇ ਨੇ। ਕਿਸੇ ਕਿਸਮ ਦੀ ਇਹਦੇ ਵਿੱਚ ਜਿਹੜੀ ਹੈ ਉਹ ਵਾਇਲੈਂਸ ਕ੍ਰੀਏਟ ਨਾ ਹੋਵੇ। ਅਕਾਲ ਪੁਰਖ ਅੱਗੇ ਅਰਦਾਸ ਹੈ ਸਾਰਿਆਂ ਨੂੰ ਜਿਹੜਾ ਇਸ ਪੱਖੋਂ ਸਾਨੂੰ ਸੁਚੇਤਤਾ ਬਖਸ਼ੇ, ਬਾਕੀ ਹਰ ਵਰਗ ਜਿਹੜਾ ਹੈ ਇਹਨਾਂ ਕਿਸਾਨਾਂ ਦਾ ਭਰਪੂਰ ਸਾਥ ਦੇਵੇ। ਤਾਂ ਇਹੋ ਹੀ ਮੈਂ ਸਾਰਿਆਂ ਨੂੰ ਅਪੀਲ ਕਰਦਾ, ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਹਨਾਂ ਸਾਰੇ ਕਿਸਾਨਾਂ ਦੇ ਉੱਤੇ, ਚਾਹੇ ਉਹ ਕਿਸੇ ਵੀ ਧਰਮ ਜਾਤ ਗੋਤ ਨਾਲ ਸੰਬੰਧਿਤ ਕਿਸੇ ਵੀ ਸਟੇਟ ਦੇ ਨੇ, ਵਾਹਿਗੁਰੂ ਇਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਔਰ ਸਰਕਾਰੀ ਜ਼ਬਰ ਤੋਂ ਇਹਨਾਂ ਨੂੰ ਬਚਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।